second last contestant, Babalbir Singh. Babalbir Singh. Babalbir Singh, Amritsar de ace gabru nu apni kismat te qabiliyat te behad bharosa hai. ਇਸ ਦਾ ਮੰਨਣਾ ਹੈ ਕਿ ਕਿਸਮਤ ਇਸ ਨੂੰ ਮਿਸਟਰ ਪੰਜਾਬ ਦੇ ਮੰਚ ਤੇ ਲੈ ਕੇ ਆਈ ਹੈ ਤੇ ਹੁਣ ਇਸ ਦੀ ਕਾਬਲੀਅਤ ਇਸ ਨੂੰ ਇਸ ਦੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਏਗੀ। ਬੇਹੱਦ ਖੁਸ਼ ਮਿਜ਼ਾਜ ਗਬਰੂ ਫੋਟੋਗ੍ਰਾਫੀ ਜਿਮਿੰਗ ਤੇ ਘੁੰਮਣ ਫਿਰਨ ਦਾ ਸ਼ੌਕੀਨ ਹੈ। ਕਾਮਯਾਬ ਐਕਟਰ ਬਣਨਾ ਚਾਹੁੰਦਾ ਹੈ। ਰੱਬ ਦੀ ਰਜ਼ਾ ਚ ਰਾਜ਼ੀ ਰਹਿਣ ਵਾਲਾ ਇਹ ਗਬਰੂ ਹੈ, ਬਬਲਬੀਰ ਸਿੰਘ। ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮੈਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਇਸ ਸ਼ੋਅ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੀਟੀਸੀ ਪੰਜਾਬੀ ਦੇ ਮਿਸਟਰ ਪੰਜਾਬ 2018 ਦੇ ਫਸਟ ਰਨਰ ਅਪ ਬਬਲਬੀਰ ਸਿੰਘ ਜੀ ਦੇ ਨਾਲ। ਬਬਲਬੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਕਰਦੇ ਹਾਂ ਤੁਹਾਡੇ ਸ਼ੌਂਕ ਤੋਂ। ਤੁਹਾਨੂੰ ਕਿਵੇਂ ਸ਼ੌਂਕ ਇਹ ਆਇਆ ਕਿ ਤੁਸੀਂ ਇਸ ਤਰਫ ਆਓ? ਸ਼ੌਂਕ ਸਾਰਿਆਂ 'ਚ ਹੁੰਦਾ ਸ਼ੌਂਕ, ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਯੂਥ ਹੈ ਉਹ ਚਾਹੁੰਦਾ ਹੀ ਫੇਮਸ ਹੋਈਏ। ਸ਼ੌਂਕ ਸ਼ੁਰੂ ਤੋਂ ਸੀ ਇਸ ਲਾਈਨ 'ਚ ਆਉਣ ਦਾ। ਪੜ੍ਹਦੇ ਪੜ੍ਹਦੇ ਫਿਰ ਮੈਂ ਇਸ ਸ਼ੌਂਕ ਨੂੰ ਪੂਰਾ ਕਰਨ ਲੱਗਾ। ਮੈਂ ਥੀਏਟਰ ਜੁਆਇਨ ਕਰ ਲਿਆ। ਫਿਰ ਮੈਂ ਥੀਏਟਰ ਜਦੋਂ ਜੁਆਇਨ ਕੀਤਾ ਉਹਦੇ 'ਚ ਮੇਰਾ ਇੰਟਰਸਟ ਬਣ ਗਿਆ ਐਕਟਿੰਗ ਦਾ। ਮੈਂ ਉਹਦੇ 'ਚ ਪਲੇਅ ਕੀਤੇ, ਸਕਿੱਟ ਕੀਤੀਆਂ ਕਾਮੇਡੀ ਵੱਲ, ਕਿਉਂਕਿ ਥੀਏਟਰ ਵਾਲਾ ਬੰਦਾ ਆਲਰਾਊਂਡਰ ਹੁੰਦਾ। ਅਤੇ ਮੈਂ ਭੰਗੜਾ ਵੀ ਸਿੱਖ ਲਿਆ। ਫਿਟਨੈਸ ਤੋਂ ਵੀ ਮੈਂ ਸ਼ੁਰੂ ਤੋਂ ਮੋਟੀਵੇਟ ਰਿਹਾ ਹਾਂ। ਉਦੋਂ ਤੋਂ ਬਾਅਦ ਮੇਰਾ ਸ਼ੌਂਕ ਜਾਗ ਗਿਆ। ਮੇਰਾ ਫਰੈਂਡ 2014 ਜਿਹੜਾ ਫਸਟ ਮਿਸਟਰ ਪੰਜਾਬ ਸੀ ਉਹਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਮੈਨੂੰ ਲੱਗਾ ਮੈਂ ਨਹੀਂ ਇਹਦੇ 'ਚ ਹਜੇ ਨਹੀਂ ਪੂਰਾ ਨਹੀਂ ਆ। ਫਿਰ ਮੈਂ ਤਿਆਰੀ ਕੀਤੀ ਉਹਨੇ ਸਾਹਿਬ। ਫਿਰ ਹੁਣ ਮੈਨੂੰ ਲੱਗਾ ਮੈਂ ਪ੍ਰੋਪਰ ਇਹਦੇ 'ਚ ਜਾ ਕੇ ਆਪਣਾ ਜਿਹੜਾ 100% ਦੇ ਸਕਦਾ। ਫਿਰ ਮੈਂ ਇਹਦੇ 'ਚ ਆਇਆ ਅਤੇ ਹੁਣ ਉਹ ਜਿਹੜਾ ਸ਼ੌਂਕ ਆ ਉਹ ਮੈਨੂੰ ਪੂਰਾ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਮੈਂ ਫਿਊਚਰ ਵਿੱਚ ਵੀ ਚਾਹੁੰਦਾ ਮੈਂ ਇਸੇ ਇੰਡਸਟਰੀ ਨੂੰ ਕੈਰੀ ਕਰਾਂ, ਇਹਦੇ ਵਿੱਚ ਹੀ ਕੁਛ ਕਰਾਂ ਜੀ। ਤੁਸੀਂ ਦੱਸਿਆ ਕਿ ਤੁਸੀਂ ਭੋਜਪੁਰੀ ਪਲੇਜ਼ ਵੀ ਕੀਤੇ, ਭੰਗੜਾ ਵੀ ਕੀਤਾ, ਐਕਟਿੰਗ ਵੀ ਕੀਤੀ, ਥੀਏਟਰ ਨੂੰ ਬਿਲੋਂਗ ਕਰਦੇ ਹੋ, ਫਿਰ ਮਿਸਟਰ ਪੰਜਾਬ ਵਰਗਾ ਪਲੈਟਫਾਰਮ ਹੀ ਕਿਉਂ? ਮਤਲਬ ਯੂਥ ਬਹੁਤ ਜਾਂਦਾ ਸਿੰਗਿੰਗ ਵੱਲ ਜਾਂਦਾ ਹੈ, ਡਾਂਸਰਸ ਬਣਦੇ, ਪਰ ਤੁਸੀਂ ਮਿਸਟਰ ਪੰਜਾਬ ਹੀ ਕਿਉਂ ਚੁਣਿਆ? ਮਿਸਟਰ ਪੰਜਾਬ ਜਿੱਦਾਂ ਮੇਰੀ ਲੁੱਕ ਆ, ਇੱਕ ਮੈਂ ਸਰਦਾਰ ਆ ਮੁੰਡਾ, ਹੈ ਨਾ, ਇਹ ਤੋਂ ਵਧੀਆ ਪਲੇਟਫਾਰਮ ਕੋਈ ਹੋਰ ਹੈ ਹੀ ਨਹੀਂ ਆ ਵੀ ਮੈਂ ਸਟਾਰਟਿੰਗ ਕਰਾਂ। ਮੈਨੂੰ ਸਟਾਰਟਿੰਗ ਵਧੀਆ ਲੱਗੀ, ਮੈਂ ਇੱਥੋਂ ਸ਼ੁਰੂ ਕਰਾਂ, ਤੋ ਦੈਟਸ ਵਾਈ ਮੈਂ ਇਹ ਚੂਜ਼ ਕੀਤਾ ਜੀ। ਜਿੱਦਾਂ ਤੁਸੀਂ ਦੱਸਿਆ ਕਿ ਥੀਏਟਰ ਵੀ ਕੀਤਾ ਔਰ ਮਿਸਟਰ ਪੰਜਾਬ ਦੇ ਤੁਸੀਂ ਫਸਟ ਰਨਰ ਅਪ ਵੀ ਰਹੇ ਹੋ, ਅੱਗੇ ਫਿਊਚਰ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖ ਰਹੇ ਹੋ ਐਜ਼ ਐਨ ਐਕਟਰ, ਡਾਂਸਰ? ਕੀ ਮੈਂ ਓਬਵੀਅਸਲੀ ਐਜ਼ ਐਨ ਐਕਟਰ ਆਪਣੇ ਆਪ ਨੂੰ ਦੇਖੂੰਗਾ। ਮੈਂ ਦਿਲਜੀਤ ਭਾਅ ਜੀ ਤੋਂ ਬਹੁਤ ਇੰਸਪਾਇਰ ਹਾਂ। ਮੈਂ ਉਹਨਾਂ ਨੂੰ ਮਿਲਿਆ ਇੱਕ ਦੋ ਵਾਰੀ ਜੀ, ਅਤੇ ਉਹਨਾਂ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਟੱਚ ਕੀਤੀਆਂ ਅਤੇ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲੀ ਉਹਨਾਂ ਤੋਂ। ਅਤੇ ਮੈਂ ਚਾਹੁੰਦਾ ਮੈਂ ਉਹਨਾਂ ਵਰਗਾ ਆਰਟਿਸਟ ਬਣਾਂ ਅਤੇ ਨਾਮ ਕਮਾਵਾਂ ਆਪਣਾ ਵੀ ਜੀ। ਤੁਸੀਂ ਦੱਸਿਆ ਕਿ ਦਿਲਜੀਤ ਜੀ ਤੁਹਾਡੇ ਰੋਲ ਮਾਡਲ ਨੇ ਐਕਟਿੰਗ ਵਿੱਚ, ਅਤੇ ਉਹਨਾਂ ਦੀ ਕਿਹੜੀ ਫੇਵਰੇਟ ਮੂਵੀ ਹੈ ਜਿਹੜੀ ਤੁਸੀਂ ਬਾਰ ਬਾਰ ਦੇਖ ਸਕਦੇ ਹੋ, ਬਾਰ ਬਾਰ ਜਾਂ ਉੱਦਾਂ ਦੀ ਐਕਟਿੰਗ ਕਰਨਾ ਚਾਹੁੰਦੇ ਹੋ? 1984 ਬਹੁਤ ਵਧੀਆ ਮੂਵੀ ਹੈ, ਸਾਰਿਆਂ ਨੂੰ ਵਧੀਆ ਲੱਗਦੀ ਹੈ। ਹੁਣ ਪਿੱਛੇ ਜੇ ਰੰਗਰੂਟ ਆਈ ਹੈ ਜੀ, ਉਹ ਤਾਂ ਬਾ ਕਮਾਲ ਐਕਟਿੰਗ ਉਹਨਾਂ ਦੀ, ਆਪਾਂ ਹੈਡਸ ਆਫ, ਅਤੇ ਮੈਂ ਚਾਹੁੰਦਾ ਹਾਂ ਵੀ ਮੈਂ ਉੱਦਾਂ ਦਾ ਐਕਟਰ ਬਣਾ ਜਿਹੜਾ ਹਰ ਇੱਕ ਰੋਲ 'ਚ ਫਿੱਟ ਹੋ ਜੇ ਜੀ। ਹਾਂਜੀ, ਜੇ ਅਸੀਂ ਗੱਲ ਕਰੀਏ ਰਿਐਲਿਟੀ ਸ਼ੋਅਜ਼ ਦੀ, ਜਿੱਦਾਂ ਤੁਸੀਂ ਵੀ ਇੱਕ ਰਿਐਲਿਟੀ ਸ਼ੋਅ ਵਿੱਚ ਫਸਟ ਰਨਰ ਅਪ ਸੀਗੇ, ਤੁਹਾਨੂੰ ਲੱਗਦਾ ਕਿ ਰਿਐਲਿਟੀ ਸ਼ੋਅਜ਼ ਸਾਡੇ ਪੰਜਾਬ ਦੇ ਯੂਥ ਲਈ ਜਾਂ ਓਵਰਆਲ ਯੂਥ ਲਈ ਹੈਲਪਫੁਲ ਨੇ? ਮੇਰਾ ਇਹ ਮੰਨਣਾ ਹੈ ਬਹੁਤ ਜ਼ਿਆਦਾ ਹੈਲਪਫੁਲ ਆ, ਕਿਉਂਕਿ ਕਈ ਵਿਚਾਰੇ ਜਿਹੜੇ ਬੱਚੇ ਹੁੰਦੇ ਆ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ, ਉਹ ਪੈਸਿਆਂ ਤੋਂ ਕੋਈ ਰਹਿ ਜਾਂਦਾ ਆ, ਕੁਛ ਫੈਸਿਲਿਟੀ ਤੋਂ ਰਹਿ ਜਾਂਦਾ। ਇਹ ਜਿਹੜੇ ਰਿਐਲਿਟੀ ਸ਼ੋਅਜ਼ ਹੁੰਦੇ ਆ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਆ, ਕਿਉਂਕਿ ਬੰਦਾ ਕਿੱਥੋਂ ਉੱਠ ਕੇ ਕਿੱਥੋਂ ਤੱਕ ਪਹੁੰਚ ਜਾਂਦਾ। 2 ਮਹੀਨੇ ਪਹਿਲਾਂ ਮੈਨੂੰ ਕੋਈ ਨਹੀਂ ਸੀ ਜਾਣਦਾ, ਅੱਜ ਤੁਹਾਡੇ ਸਾਹਮਣੇ ਇੰਟਰਵਿਊ ਦੇ ਰਿਹਾ, ਆਈ ਥਿੰਕ ਵੈਰੀ ਹੈਲਪਫੁਲ ਜੀ। ਜਿੱਦਾਂ ਤੁਸੀਂ ਦੱਸਿਆ ਕਿ ਇਹ ਬਹੁਤ ਜ਼ਿਆਦਾ ਹੈਲਪਫੁਲ ਹੈ, ਅਤੇ ਬਟ ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਪਤਾ ਹੈ, ਤੁਸੀਂ ਕੀ ਕਹੋਗੇ ਯੂਥ ਨੂੰ ਕਿ ਕਿਵੇਂ ਦੀ ਤਿਆਰੀ ਇਹਦੇ ਲਈ ਕਰਨੀ ਚਾਹੀਦੀ ਹੈ? ਬਹੁਤ ਘੱਟ ਲੋਕਾਂ ਨੂੰ 2-3 ਸਾਲ ਪਹਿਲਾਂ ਦੀ ਗੱਲ ਹੈ ਨਹੀਂ ਪਤਾ ਸੀ, ਹੁਣ ਇਕੱਲੇ ਇਕੱਲੇ ਪੰਜਾਬ ਦੇ ਮੁੰਡੇ ਨੂੰ ਪਤਾ ਵੀ ਮਿਸਟਰ ਪੰਜਾਬ ਜਿਹੜਾ ਸ਼ੋਅ ਆ ਉਹ ਕਿੱਥੋਂ ਕਿੱਥੋਂ ਤੱਕ ਪਹੁੰਚ ਗਿਆ, ਕਿਉਂਕਿ 5th ਸੀ ਇਹਦਾ ਸੀਜ਼ਨ ਜੀ, ਅਤੇ ਹਜ਼ਾਰਾਂ ਮੁੰਡੇ ਦਾ ਆਡੀਸ਼ਨ ਦੇਣ ਆਉਂਦੇ, ਸਾਰੇ ਫਿੱਟ ਹੁੰਦੇ ਆ, ਅਤੇ ਬਹੁਤ ਪਾਪੂਲਰ ਹੋ ਗਿਆ ਸ਼ੋਅ ਲਾਈਨ ਜੀ। ਅਤੇ ਤਿਆਰੀ ਕਿੱਦਾਂ ਦੀ ਕਰਨੀ ਚਾਹੀਦੀ ਹੈ ਜੇ ਕਿਸੇ ਨੇ ਇਹਦੇ ਵਿੱਚ ਆਡੀਸ਼ਨ ਦੇਣਾ ਹੋਵੇ? ਤਿਆਰੀ ਬੰਦਾ ਆਲਰਾਊਂਡਰ ਹੋਣਾ ਚਾਹੀਦਾ ਇਹਦੇ 'ਚ, ਕਿਉਂਕਿ ਇਹਦੇ 'ਚ ਫਿਟਨੈਸ ਵੀ ਦੇਖੀ ਜਾਂਦੀ ਹੈ, ਇਹਦੇ 'ਚ ਸਾਡਾ ਆਈ ਕਿਊ ਲੈਵਲ ਚੈੱਕ ਕਰਦੇ ਨੇ, ਬੰਦੇ ਦਾ ਬੋਲਣ ਚਾਲਣ ਦਾ ਤਰੀਕਾ, ਮਿਠਾਸ ਹੋਣੀ ਚਾਹੀਦੀ ਆ, ਬੰਦੇ 'ਚ ਟੈਲੈਂਟ ਵੀ ਹੋਣਾ ਚਾਹੀਦਾ, ਫਿਟਨੈਸ ਵੀ ਹੋਣੀ ਚਾਹੀਦੀ ਹੈ, ਆਲਰਾਊਂਡਰ ਜਿਹੜਾ ਪੈਕੇਜ ਜਿਹੜਾ ਹੈ ਨਾ ਪ੍ਰੋਪਰ ਹੋਣਾ ਚਾਹੀਦਾ, ਫਿਰ ਬੰਦਾ ਇਹ ਸ਼ੋਅ ਵਿੱਚ ਆਉਣਾ ਵਧੀਆ, ਮਤਲਬ ਆਪਣਾ ਡਿਜ਼ਰਵ ਕਰਦਾ,
ਅੱਗੇ ਜਾਊਗਾ ਵਧੀਆ ਜੀ। ਜਿੱਦਾਂ ਤੁਸੀਂ ਲਾਸਟ ਤੱਕ ਰਹੇ ਤੇ ਕੋਈ ਏਦਾਂ ਦੀ ਐਕਸਪੀਰੀਅੰਸ ਜਾਂ ਕੋਈ ਮੈਮਰੀ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋ ਜਿਹੜਾ ਤੁਸੀਂ ਕਦੇ ਨਾ ਭੁੱਲ ਸਕੋ? ਮੈਮਰੀਜ਼ ਬਹੁਤ ਜੁੜੀਆਂ ਨੇ ਮੇਰੇ ਨਾਲ। ਮਿਸਟਰ ਪੰਜਾਬ ਨੇ ਮੈਨੂੰ ਬਹੁਤ ਸੱਜਣ ਮਿੱਤਰ ਦਿੱਤੇ, ਕੁਝ ਖਾਸ ਮੇਰੇ ਸੱਜਣ ਮਿੱਤਰ ਅਵਨੀਤ ਸਿੰਘ ਫਸਟ ਜਿਹੜਾ ਮੇਰਾ ਫਰੈਂਡ, ਅਤੇ ਦੂਜਾ ਖੁਸ਼ਪ੍ਰੀਤ ਸਿੰਘ ਅਤੇ ਇੱਕ ਭਰਤ ਸ਼ਰਮਾ। ਇਹ ਤਿੰਨ ਯਾਰ ਜਿਹੜੇ ਬਹੁਤ ਅਨਮੋਲ ਮੈਨੂੰ ਗਿਫਟ ਮਿਲਿਆ ਮਿਸਟਰ ਪੰਜਾਬ ਤੋਂ, ਇਹਨਾਂ ਨੂੰ ਕਦੀ ਮੈਂ ਭੁੱਲ ਨਹੀਂ ਸਕਦਾ। ਜੋ ਵੀ ਕਰਾਂਗੇ ਫਿਊਚਰ 'ਚ ਹੋਪਫੁਲੀ ਇਕੱਠੇ ਕਰਾਂਗੇ। ਅਤੇ ਇੱਕ ਮੈਮਰੀ ਜਿਹੜੀ ਮੈਨੂੰ ਨਹੀਂ ਭੁੱਲਦੀ, ਮੈਂ ਟਾਸਕ ਕਰ ਰਿਹਾ ਸੀ ਇੱਕ, ਉਹ ਬੋਰੀਆਂ ਸੀ ਕਾਫੀ ਹੈਵੀ ਰੇਤ ਦੀਆਂ ਭਰੀਆਂ, ਅਤੇ ਉਹ ਲੈ ਕੇ 50 ਫੁੱਟ ਦੂਜੀ ਸਾਈਡ ਭੱਜਣਾ ਸੀ, ਅਤੇ ਉਹ ਅਚਾਨਕ ਮੈਂ ਜਦੋਂ ਰਾਊਂਡ 2-3 ਹੋ ਗਏ ਮੇਰੇ, ਅਤੇ ਮੈਂ ਚੌਥੇ 'ਤੇ ਮੈਂ ਗਿਰ ਗਿਆ ਸੀ ਜੀ। ਅਤੇ ਉਹ ਸਾਰਿਆਂ ਦੇ ਹੋਸ਼ ਉੱਡ ਗਏ ਵੀ ਇਹਦੇ ਕੋਲ ਹੋਣਾ ਨਹੀਂ ਹੁਣ ਅੱਗੇ, ਪਰ ਉਹ ਕੁਝ ਸੈਕਿੰਡ ਰਹਿ ਗਏ ਸੀ। ਮੈਂ ਫਿਰ ਉੱਠ ਕੇ ਭੱਜਿਆ, ਮੈਨੂੰ ਪਤਾ ਸੀ ਦੂਜਾ ਗੇੜਾ ਨਹੀਂ ਲੱਗਣਾ, ਪਰ ਮੈਂ ਫਿਰ ਭੱਜਿਆ ਉੱਠ ਕੇ। ਮੈਨੂੰ ਬਿੰਦੂ ਸਰ ਨੇ ਮੈਨੂੰ ਕਮੈਂਟ ਕੀਤਾ ਸੀ ਵੀ ਤੂੰ ਜਿਹੜਾ ਮਿਸਟਰ ਪੰਜਾਬ ਦਾ ਖਿਤਾਬ ਆ ਉਹਦੇ 'ਤੇ ਖਰਾ ਉਤਰਿਆ, ਤੂੰ ਹਾਰ ਨਹੀਂ ਮੰਨੀ, ਜਿਹੜਾ ਬੰਦਾ ਉੱਠ ਕੇ ਭੱਜਦਾ ਮੈਦਾਨ 'ਚ ਉਹੀ ਜਿੱਤਦਾ। ਬਿਲਕੁਲ, ਜਾਂ ਤੂੰ ਹਾਰ ਨਹੀਂ ਮੰਨੀ, ਅਤੇ ਉਹ ਮੈਨੂੰ ਮੂਮੈਂਟ ਨਹੀਂ ਭੁੱਲਦਾ ਜੀ। ਬਹੁਤ ਹੀ ਵਧੀਆ ਗੱਲ ਹੈ। ਤੁਸੀਂ ਫਸਟ ਰਨਰ ਅਪ ਰਹੇ ਇਸ ਸ਼ੋਅ ਦੇ, ਤੁਹਾਨੂੰ ਬੁਰਾ ਲੱਗਿਆ ਕਿ ਨੈਕਸਟ ਬਿਲਕੁਲ ਵਿਨਰ ਦੇ ਸੀਗੇ ਜਾਂ ਖੁਸ਼ ਸੀਗੇ? ਨਹੀਂ, ਬੁਰਾ ਬਿਲਕੁਲ ਨਹੀਂ ਲੱਗਿਆ, ਖੁਸ਼ੀ ਬਹੁਤ ਜ਼ਿਆਦਾ ਹੋਈ, ਕਿਉਂਕਿ ਸਾਡੇ 3 ਅਸੀਂ ਫਰੈਂਡ ਸੀ ਜਿਹੜੇ ਜੀ, ਸਾਡਾ ਤਿੰਨਾਂ ਦਾ ਸ਼ੁਰੂ ਤੋਂ ਟਾਰਗੇਟ ਰਿਹਾ ਸੀ, ਸਾਡਾ ਗਰੁੱਪ ਬਣ ਗਿਆ ਸੀ ਇੱਕ ਵੀ ਅਸੀਂ ਟਾਰਗੇਟ ਲੈ ਕੇ ਚੱਲਣਾ, ਅਸੀਂ ਪਹਿਲੇ 3 'ਤੇ ਜਾਂ 4 'ਤੇ ਅਸੀਂ ਆਪ ਹੀ ਹੋਵਾਂਗੇ। ਸੋ ਮੈਨੂੰ ਇਹ ਫੀਲ ਨਹੀਂ ਹੋਇਆ ਕਿ ਮੈਂ ਦੂਜੇ 'ਤੇ ਮੈਂ 3 'ਤੇ ਆ, ਕਿਉਂਕਿ ਅਸੀਂ ਬਹੁਤ ਗੂੜੀ ਸਾਡੀ ਦੋਸਤੀ ਪੈ ਗਈ ਸੀ, ਅਤੇ ਮੈਨੂੰ ਬਹੁਤ ਖੁਸ਼ੀ ਆ ਵੀ ਮੈਂ ਦੂਜੇ ਜਾਂ 3 'ਤੇ ਕੋਈ ਫਰਕ ਨਹੀਂ ਪੈਂਦਾ, ਸਾਰੇ ਡਿਜ਼ਰਵਿੰਗ ਹੁੰਦੇ, 19 ਦਾ ਫਰਕ ਹੁੰਦਾ। ਬਿਲਕੁਲ, ਮਤਲਬ ਜੋ ਤੁਸੀਂ ਟਾਰਗੇਟ ਸੈੱਟ ਕੀਤਾ ਸੀ ਸ਼ੋਅ 'ਚ ਉਹ ਕੰਪਲੀਟ ਹੋ ਗਿਆ, ਉਹਦੇ ਲਈ ਮੈਨੂੰ ਬਹੁਤ ਖੁਸ਼ੀ ਹੈ। ਬਿਲਕੁਲ, ਤੇ ਜੇ ਅਸੀਂ ਗੱਲ ਕਰੀਏ ਤੁਹਾਡੇ ਫਿਊਚਰ ਪਲਾਨਸ ਦੀ, ਮਿਸਟਰ ਪੰਜਾਬ ਤੋਂ ਬਾਅਦ ਨੈਕਸਟ ਅੱਗੇ ਕੀ ਦੇਖ ਰਹੇ ਹੋ? ਪਲਾਨਸ, ਡ੍ਰੀਮਸ ਬਹੁਤ ਵੱਡੇ ਹੁੰਦੇ, ਸਾਰਿਆਂ ਦੇ ਹੁੰਦੇ ਆ। ਬਿਲਕੁਲ, ਉਹਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ, ਅਤੇ ਮੈਂ ਉਸ ਚੀਜ਼ ਲਈ ਮੈਂ ਮਿਹਨਤ ਕਰੂੰਗਾ। ਮੈਂ ਐਜ਼ ਐਨ ਐਕਟਰ ਇੰਡਸਟਰੀ 'ਚ ਆਉਣਾ ਚਾਹੁੰਦਾ, ਅਤੇ ਉਸ ਲਈ ਮੈਨੂੰ ਮਿਹਨਤ ਦੁੱਗਣੀ ਤਿਗਣੀ ਕਰਨੀ ਪਊਗੀ। ਇਹ ਤਾਂ ਹਜੇ ਸ਼ੁਰੂਆਤ ਆ ਜੀ, ਇਹ ਮੈਨੂੰ ਹਜੇ ਪੁਸ਼ ਮਿਲਿਆ। ਬਿਲਕੁਲ, ਅਤੇ ਮੈਂ ਚਾਹੁੰਦਾ ਵੀ ਮੈਂ ਇਸ ਚੀਜ਼ ਦੇ ਵਿੱਚ, ਇਸ ਲਾਈਨ ਦੇ ਵਿੱਚ ਮੈਂ ਆਪਣੀਆਂ ਜਿਹੜੀਆਂ ਵਾ ਕਲਾਸਿਸ ਵੀ ਲਾਵਾਂ ਅੱਗੇ ਐਕਟਿੰਗ ਦੀਆਂ, ਮੈਂ ਹੋਰ ਆਪਣੇ ਆਪ ਨੂੰ ਇੰਪਰੂਵ ਕਰਕੇ ਇਸ ਵਿੱਚ ਲੈ ਕੇ ਆਵਾਂ, ਕਿਉਂਕਿ ਬਹੁਤ ਮਿਹਨਤ ਦੀ ਲੋੜ ਆ ਜੀ, ਅਤੇ ਮੈਂ ਆਪਣੇ ਆਪ ਨੂੰ ਇਹਦੀ ਲਾਈਨ 'ਚ ਪਾਉਣਾ ਚਾਹੂੰਗਾ, ਐਕਟਿੰਗ ਲਾਉਣ 'ਚ। ਜਦੋਂ ਤੁਸੀਂ ਡਿਸਾਈਡ ਕੀਤਾ ਕਿ ਮਿਸਟਰ ਪੰਜਾਬ ਵਿੱਚ ਜਾਣਾ ਚਾਹੁੰਦੇ ਹੋ, ਜਾਂ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ, ਫੈਮਿਲੀ ਦਾ ਕਿੰਨਾ ਕੁ ਸਪੋਰਟ ਸੀਗਾ? ਫੈਮਿਲੀ ਦਾ ਜਿੰਨਾ ਥੈਂਕਸ ਕਰ ਲਓ ਉਨਾ ਥੋੜ੍ਹਾ, ਕਿਉਂਕਿ ਉਹ ਹਰ ਕਦਮ 'ਤੇ ਹਰ ਮੂਮੈਂਟ 'ਤੇ ਮੇਰੇ ਨਾਲ ਸੀ, ਉਹ ਮੈਨੂੰ ਪੁਸ਼ ਕਰਦੇ ਸੀ ਵੀ ਤੂੰ ਨਿਕਲ, ਤੂੰ ਬਾਹਰ ਨਿਕਲ। ਮੇਰਾ ਪਹਿਲਾਂ ਮੈਂ ਕਿਹਾ ਵੀ ਮੈਂ ਨਹੀਂ ਜਾਣਾ, ਮੈਂ ਆਪਣੇ ਆਪ ਨੂੰ ਨਹੀਂ ਸਮਝਦਾ ਵੀ ਮੈਂ ਪ੍ਰੋਪਰ ਹੈਗਾ ਆਡੀਸ਼ਨ ਦੇਣ ਲਈ, ਪਰ ਉਹਨਾਂ ਨੇ ਮੈਨੂੰ ਪੁਸ਼ ਕੀਤਾ, ਮੈਨੂੰ ਸਵੇਰੇ ਤਿਆਰ ਕਰਕੇ ਮੰਮਾ ਨੇ ਭੇਜਿਆ ਵੀ ਤੂੰ ਜਾ, ਹਰ ਮੈਦਾਨ ਫਤਿਹ ਕਰਕੇ ਆਏਗਾ ਤੂੰ ਜਾ। ਅਤੇ ਮੈਨੂੰ ਜਦੋਂ ਮੈਂ ਪਹੁੰਚਿਆ, ਪਹਿਲਾ ਆਡੀਸ਼ਨ ਮੇਰਾ ਬਹੁਤ ਵਧੀਆ ਰਿਹਾ, ਉੱਥੋਂ ਮੈਂ ਹੋਰ ਕੋਨਫੀਡੈਂਸ ਵੱਧ ਗਿਆ, ਮੋਟੀਵੇਟ ਹੋਇਆ, ਅਤੇ ਫੈਮਿਲੀ ਦਾ ਪਲ ਪਲ 'ਤੇ ਸਪੋਰਟ ਮਿਲਿਆ। ਮੇਰੇ ਸਿਸਟਰ, ਉਹਨਾਂ ਨੇ ਸਾਰਾ ਮੀਡੀਆ ਜੋ ਮੇਰਾ ਘਰ ਬੈਠੇ ਸਾਂਭਿਆ ਸੀ, ਜੋ ਪੋਸਟ ਵਗੈਰਾ ਕਰਦੇ ਸੀ ਐਵਰੀ ਡੇ, ਉਹ ਉਹਨਾਂ ਨੇ ਕੀਤਾ। ਇਕੱਲਾ ਬੰਦਾ ਕਾਮਯਾਬ ਨਹੀਂ ਹੋ ਸਕਦਾ, ਬਿਲਕੁਲ ਪਿੱਛੇ ਬਹੁਤ ਸਾਰਿਆਂ ਦਾ ਹੱਥ ਹੁੰਦਾ ਹੈ, ਅਤੇ ਮੈਂ ਫੈਮਿਲੀ ਦਾ ਕਦੀ ਥੈਂਕਸ ਕਰ ਨਹੀਂ ਸਕਦਾ ਜੀ। ਜਦੋਂ ਤੁਸੀਂ ਫਸਟ ਰਨਰ ਅਪ ਬਣੇ, ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਸੀ? ਫੈਮਿਲੀ ਮੇਰੇ ਸਾਹਮਣੇ ਬੈਠੀ ਸੀ ਬਿਲਕੁਲ ਜੀ, ਅਤੇ ਬਹੁਤ ਖੁਸ਼ ਸੀ ਸਾਰੇ। ਜਦੋਂ ਵੀ ਮੈਂ ਸਟੇਜ 'ਤੇ ਆਉਂਦਾ ਸੀ ਅਤੇ ਸ਼ੂਟਿੰਗ ਹੋਟਿੰਗ ਹੁੰਦੀ ਸੀ ਪੂਰੀ, ਅਤੇ ਬਹੁਤ ਜ਼ਿਆਦਾ ਖੁਸ਼ੀ, ਉਹਦਾ ਰਿਐਕਸ਼ਨ ਵੇਖ ਕੇ ਮੈਨੂੰ ਹੋਰ ਖੁਸ਼ੀ ਹੁੰਦੀ ਸੀ, ਮੇਰਾ ਕੋਨਫੀਡੈਂਸ ਹੋਰ ਵੱਧਦਾ ਸੀ ਸਟੇਜ 'ਤੇ। ਬਿਲਕੁਲ, ਅਤੇ ਜੇ ਅਸੀਂ ਗੱਲ ਕਰੀਏ ਜਿੱਦਾਂ ਤੁਸੀਂ ਆਪ ਯੂਥ ਨੂੰ ਰਿਪ੍ਰੈਜੈਂਟ ਕਰਦੇ ਹੋ, ਸਾਡੇ ਯੂਥ ਜਿਹੜਾ ਇਹ ਪ੍ਰੋਗਰਾਮ ਦੇਖ ਰਿਹਾ ਉਹਨੂੰ ਤੁਸੀਂ ਕੀ ਮੈਸੇਜ ਦਿਓਗੇ? ਯੂਥ ਨੂੰ ਆਹੀ ਮੈਸੇਜ ਹੈ ਕਿ ਕੋਈ ਵੀ ਕੰਮ ਕਰਦੇ ਹੋ, ਮਿਹਨਤ ਕਰਦੇ ਹੋ, ਚਾਹੇ ਤੁਸੀਂ ਪੜ੍ਹਦੇ ਹੋ, ਚਾਹੇ ਤੁਸੀਂ ਜਿਮ ਜਾਂਦੇ ਹੋ, ਚਾਹੇ ਕਿਸੇ ਵੀ ਲਾਈਨ 'ਚ ਲਾ ਲਓ, ਇੱਕ ਟਾਰਗੇਟ ਸੈੱਟ ਕਰਕੇ ਚੱਲੋ, ਇੱਕ ਗੋਲ ਸੈੱਟ ਕਰਕੇ ਚੱਲੋ, ਕਿਉਂਕਿ ਤੁਹਾਨੂੰ ਜੇ ਤੁਹਾਡੇ ਅੱਗੇ ਇੱਕ ਗੋਲ ਦਿਖਦਾ ਹੋਊਗਾ ਵੀ ਮੈਂ ਆਹ ਅਚੀਵ ਕਰਨਾ ਇੰਨੇ ਟਾਈਮ 'ਚ ਕਰਨਾ, ਤੁਸੀਂ ਜ਼ਿਆਦਾ ਮਿਹਨਤ ਕਰੋਗੇ, ਤੁਸੀਂ ਵਧੀਆ ਮਿਹਨਤ ਕਰੋਗੇ। ਇੱਕ ਚੀਜ਼ ਮੈਂ ਯੂਥ ਵਾਸਤੇ ਕਹਿਣਾ ਚਾਹਾਂਗਾ ਕਿ ਜਿਹੜੇ ਮੁੰਡੇ ਨਵੇਂ ਜਿਮ ਜੁਆਇਨ ਕਰਦੇ ਆ, ਉਹਨਾਂ ਨੂੰ ਹੁੰਦਾ ਵੀ ਮੈਂ ਛੇਤੀ ਬਾਡੀ ਜਿਹੜੀ ਮੇਰੀ ਇੰਪਰੂਵ ਹੋ ਜਾਵੇ, ਮੈਂ ਮਸਲ ਬਣ ਜਾਣਾ, ਉਹ ਫਿਰ ਗਲਤ ਰਸਤਾ ਅਪਣਾ ਲੈਂਦੇ ਆ, ਕੁਝ ਗਲਤ ਚੀਜ਼ਾਂ ਲੈ ਲੈਂਦੇ, ਹੈ ਨਾ, ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿਣਾ ਚਾਹ ਰਿਹਾ। ਅਤੇ ਉਹ ਮੈਂ ਕਹਿੰਦਾ ਵੀ ਜੋ ਨੈਚੁਰਲ ਚੀਜ਼ ਆ ਉਹ ਨੈਚੁਰਲ ਆ, ਕਿਉਂਕਿ ਫੋਰ ਐਗਜ਼ਾਮਪਲ ਜੇ ਆਪਾਂ ਇੱਕ ਕਾਰ ਆ ਛੋਟੀ ਮਰੂਤੀ ਕਾਰ ਆ, ਉਹ ਜਿਹੜੀ ਆ ਉਹ 60 ਦੀ ਸਪੀਡ 'ਤੇ ਜਾ ਰਹੀ ਆ, ਪਰ ਉਹਨੂੰ ਆਪਾਂ ਪਹਿਲਾਂ ਨਾਈਟਰੋ ਲਾ ਦਿੰਦੇ ਹਾਂ, ਅਤੇ ਉਹਦਾ ਓਬਵੀਅਸਲੀ ਇੰਜਨ ਖਰਾਬ ਹੋਊਗਾ, ਉਹਨੂੰ ਨੋਰਮਲੀ ਜਾਣ ਦਿਉ, ਬਿਲਕੁਲ ਉਹਨੂੰ ਨੈਚੁਰਲੀ ਜਾਣ ਦਿਉ, ਉਹਨੂੰ ਨਾਈਟ੍ਰੋਜਨ ਦੀ ਨਹੀਂ ਲੋੜ।
ਜੋ ਤੁਹਾਡੀ ਖੁਰਾਕ ਹੈਗੀ ਆਪਣੇ ਪੰਜਾਬ ਦੀ ਦੇਸੀ ਉਹ ਖਾਓ, ਘਰ ਦਾ ਖਾਣਾ ਖਾਓ, ਵਧੀਆ ਸਿਹਤ ਬਣਾਓ, ਉਹ ਕਦੀ ਤੁਹਾਨੂੰ ਫਿਊਚਰ 'ਚ ਤੰਗ ਵੀ ਨਹੀਂ ਕਰੇਗੀ। ਬਿਲਕੁਲ ਸਰ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਰੋਲ ਮਾਡਲ ਐਕਟਿੰਗ ਵਿੱਚ ਦਿਲਜੀਤ ਨੇ, ਉਹਨਾਂ ਦਾ ਕੋਈ ਇੱਕ ਡਾਇਲੋਗ ਜਿਹੜਾ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਹੋਵੇ ਉਹ ਸਾਡੇ ਦਰਸ਼ਕਾਂ ਲਈ? ਦਿਲ ਦੇ ਕਰੀਬ ਪਿੱਛੇ ਜੇ ਉਹਨਾਂ ਦੀ ਫਿਲਮ ਆਈ ਸੀ ਰੰਗਰੂਟ ਜੀ, ਉਹਦੇ ਵਿੱਚ ਉਹ ਡਾਇਲੋਗ ਬੋਲਦੇ ਨੇ, ਜਿਨ੍ਹਾਂ ਨੂੰ ਪੱਗਾਂ ਬੰਨਣੀਆਂ ਆਉਂਦੀਆਂ ਨੇ ਉਹਨਾਂ ਨੂੰ ਪੱਗਾਂ ਸਾਂਭਣੀਆਂ ਵੀ ਆਉਂਦੀਆਂ। ਇਹ ਮੈਨੂੰ ਬਹੁਤ ਵਧੀਆ ਲੱਗਦੀ ਉਹਨਾਂ ਦੀ ਲਾਈਨ ਜਿਹੜੀ ਜੀ, ਬਹੁਤ ਹੀ ਵਧੀਆ ਸਰ। ਜੇ ਅਸੀਂ ਗੱਲ ਕਰੀਏ ਮਿਸਟਰ ਪੰਜਾਬ ਰਿਐਲਿਟੀ ਸ਼ੋਅਜ਼ ਦੀ, ਕਿਉਂ ਇੱਕ ਬੰਦੇ ਨੂੰ ਰਿਐਲਿਟੀ ਸ਼ੋਅ ਵਿੱਚ ਮਿਸਟਰ ਪੰਜਾਬ ਵਰਗੇ ਰਿਐਲਿਟੀ ਸ਼ੋਅ ਵਿੱਚ ਜਾਣਾ ਚਾਹੀਦਾ? ਜਿਹੜਾ ਬੰਦਾ ਇੰਟਰਸਟ ਰੱਖਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ, ਉਹਦੇ ਲਈ ਜਿਹੜਾ ਹੈ ਸਟਾਰਟਅਪ ਜਿਹੜਾ ਇਹਦੇ ਤੋਂ ਵਧੀਆ ਹੋ ਨਹੀਂ ਸਕਦਾ ਜੀ, ਕਿਉਂਕਿ ਇਹਦੇ 'ਚ ਜਦੋਂ ਅਸੀਂ ਐਂਟਰ ਕਰਦੇ ਹਾਂ ਜਾਂ ਸਿਲੈਕਟ ਹੋ ਜਾਂਦੇ ਹਾਂ ਸਾਨੂੰ ਸਿਖਾਉਣ ਵਾਲੇ ਬਹੁਤ ਹੁੰਦੇ ਨੇ, ਅਸੀਂ ਕੋਈ ਹੋਰ ਪਲੇਟਫਾਰਮ 'ਚੋਂ ਲਈਏ ਸਾਨੂੰ ਗਾਈਡੈਂਸ ਨਹੀਂ ਮਿਲਦੀ ਕਿਤੋਂ। ਬੇਸ਼ੱਕ ਅਸੀਂ ਐਜ਼ ਅ ਸਿੰਗਰ ਆ ਜਾਈਏ ਕਿਤੋਂ ਗਲਤ ਗਾਈਡੈਂਸ ਵੀ ਮਿਲ ਜਾਂਦੀ ਹੈ, ਬਿਲਕੁਲ ਹੈ ਨਾ, ਪਰ ਇੱਥੇ ਜਿਹੜੇ ਆ ਉਹ ਸਾਡਾ ਬਹੁਤ ਸਾਥ ਦਿੰਦੇ ਨੇ, ਸਾਨੂੰ ਪਲ ਪਲ 'ਤੇ ਦੱਸਦੇ ਨੇ ਤੁਸੀਂ ਕਿੱਥੇ ਕੀ ਕਰਨਾ ਕਿੱਥੇ ਨਹੀਂ ਕਰਨਾ। ਆਈ ਥਿੰਕ ਇਹ ਬੈਸਟ ਆ ਪਲੇਟਫਾਰਮ ਸਟਾਰਟਅਪ ਲਈ ਜੀ। ਬਬਲਬੀਰ ਜੀ, ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸਤਿ ਸ਼੍ਰੀ ਅਕਾਲ।